ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਹਾਂਜੀ, ਮੈਂ 4 ਵਜੇ ਨਾ ਇੱਥੇ ਆਈ ਹੋਈ ਸੀ, ਆਪਣਾ ਚੈਸਟ ਦਾ ਐਕਸਰਾ ਕਰਾਉਣ ਵਾਸਤੇ ਆਈ ਸੀ। ਅਤੇ ਮੈਂ ਜਦੋਂ ਇੱਥੇ ਬੈਠੀ ਹਾਂ ਅਤੇ ਮੈਂ ਰਿਸੈਪਸ਼ਨ ਤੋਂ ਬੋਲ ਕੇ ਗਈ ਹਾਂ ਕਿ ਮੈਂ ਐਕਸਰਾ ਕਰਵਾਉਣਾ ਹੈ, ਅਤੇ ਮੈਂ ਕਹਿੰਦੇ ਵੀ ਅੱਗੇ ਚਲੇ ਜਾਓ। ਮੈਂ ਉਹ ਅੱਗੇ ਜਾ ਕੇ ਪੁੱਛਿਆ ਕਿ ਮਤਲਬ ਤੁਹਾਡੇ ਇੱਥੇ ਐਕਸਰਾ ਕੌਣ ਕਰਵਾਉਂਦਾ। ਇੱਕ ਥੋੜ੍ਹਾ ਯੰਗ ਬੋਆਏ ਸੀ, ਉਹ ਕੋਲ ਆਇਆ ਅਤੇ ਉਹ ਮੈਨੂੰ ਐਕਸਰੇ ਰੂਮ 'ਚ ਲੈ ਕੇ ਗਿਆ। ਅਤੇ ਬਾਅਦ ਵਿੱਚ ਮੈਂ ਆਪਣਾ ਫੋਨ ਔਰ ਆਪਣਾ ਦੁਪੱਟਾ ਚੇਅਰ 'ਤੇ ਰੱਖਤਾ। ਮੈਂ ਉਹ ਦੀਵਾਰ ਦੇ ਨਾਲ ਖੜ੍ਹੀ ਹੋਈ ਹਾਂ, ਜਦੋਂ ਕਹਿੰਦੇ ਦੀਵਾਰ ਦੇ ਨਾਲ ਖੜ੍ਹੇ ਹੋ ਜਾਓ ਅਤੇ ਮੇਰੀਆਂ ਬਾਹਾਂ ਨਾਲ ਜੋੜਨ ਡੇ, ਅਤੇ ਉਹਨਾਂ ਨੇ ਇਮੀਡੀਏਟਲੀ ਮਤਲਬ ਗੱਲਾਂ ਕਰਦਿਆਂ ਕਰਦਿਆਂ ਕਹਿੰਦੇ ਪ੍ਰੈਗਨੈਂਸੀ ਤਾਂ ਨਹੀਂ ਹੈ? ਮੈਂ ਕਿਹਾ ਨਹੀਂ। ਅਤੇ ਕਹਿੰਦੇ ਮਤਲਬ ਤੁਹਾਨੂੰ ਲਾਸਟ ਡੇਟ ਕਦੋਂ ਆਈ ਸੀ? ਮੈਂ ਕਿਹਾ ਤੁਹਾਨੂੰ ਇਹਦੇ ਨਾਲ ਕੀ ਕਨੈਕਸ਼ਨ ਆ? ਕਹਿੰਦੇ ਨਹੀਂ, ਉਹ ਬੱਚੇ ਦੀ ਜਿਹੜੀਆਂ ਰੇਸ ਹੁੰਦੀਆਂ ਬੱਚੇ ਵਾਸਤੇ ਇਫੈਕਟਿਵ ਹੁੰਦੀਆਂ। ਮੈਂ ਕਿਹਾ ਜਦੋਂ ਤੁਹਾਨੂੰ ਮੈਂ ਕਹਿ ਤਾ ਮੈਂ ਪ੍ਰੈਗਨੈਂਟ ਨਹੀਂ ਹਾਂ, ਫਿਰ ਇੰਨੇ ਸਵਾਲ ਕਰਨ ਦਾ ਕੀ ਮਤਲਬ ਹੋਇਆ? ਕਹਿੰਦੇ ਚਲੋ ਠੀਕ ਆ, ਸੋਰੀ। ਫਿਰ ਮੇਰੇ ਫਿਰ ਹੱਥ ਫੜ ਕੇ ਅਤੇ ਉਹਨਾਂ ਨੇ ਮੇਰੇ ਪਿੱਛੇ ਆ ਕੇ ਉਹਨਾਂ ਨੇ ਮੇਰੇ ਦੋਵੇਂ ਬ੍ਰੈਸਟ ਨੂੰ ਪ੍ਰੈਸ ਕਰਤਾ ਦੋਵਾਂ ਹੱਥਾਂ ਨਾਲ। ਮੈਂ ਉੱਥੇ ਬੋਲਣਾ ਸ਼ੁਰੂ ਕੀਤਾ, ਫਿਰ ਕਹਿੰਦੇ ਸੋਰੀ ਸਿਸਟਰ ਜੀ, ਮੈਂ ਤੁਹਾਨੂੰ ਗਲਤ ਵੇ ਨਾਲ ਹੀ ਟੱਚ ਕੀਤਾ ਹੈਗਾ। ਮੈਂ ਕਿਹਾ ਮੈਂ ਪਾਗਲ ਨਹੀਂ ਹੈਗੀ, ਮੈਂ ਤੁਸੀਂ ਮੈਨੂੰ ਟੱਚ ਵੇ ਗਲਤ ਵੇ ਨਾਲ ਹੀ ਟੱਚ ਕੀਤਾ। ਹਾਂਜੀ, ਮੈਂ 4 ਵਜੇ ਨਾ ਇੱਥੇ ਆਈ ਹੋਈ ਸੀ, ਆਪਣਾ ਚੈਸਟ ਦਾ ਐਕਸਰਾ ਕਰਾਉਣ ਵਾਸਤੇ ਆਈ ਸੀ। ਅਤੇ ਮੈਂ ਜਦੋਂ ਇੱਥੇ ਬੈਠੀ ਹਾਂ ਅਤੇ ਮੈਂ ਰਿਸੈਪਸ਼ਨ ਤੋਂ ਬੋਲ ਕੇ ਗਈ ਹਾਂ ਕਿ ਮੈਂ ਐਕਸਰਾ ਕਰਵਾਉਣਾ ਹੈ, ਅਤੇ ਮੈਂ ਕਹਿੰਦੇ ਵੀ ਅੱਗੇ ਚਲੇ ਜਾਓ। ਮੈਂ ਉਹ ਅੱਗੇ ਜਾ ਕੇ ਪੁੱਛਿਆ ਕਿ ਮਤਲਬ ਤੁਹਾਡੇ ਇੱਥੇ ਐਕਸਰਾ ਕੌਣ ਕਰਵਾਉਂਦਾ। ਇੱਕ ਥੋੜ੍ਹਾ ਯੰਗ ਬੋਆਏ ਸੀ, ਉਹ ਕੋਲ ਆਇਆ ਅਤੇ ਉਹ ਮੈਨੂੰ ਐਕਸਰੇ ਰੂਮ 'ਚ ਲੈ ਕੇ ਗਿਆ। ਅਤੇ ਬਾਅਦ ਵਿੱਚ ਮੈਂ ਆਪਣਾ ਫੋਨ ਔਰ ਆਪਣਾ ਦੁਪੱਟਾ ਚੇਅਰ 'ਤੇ ਰੱਖਤਾ। ਮੈਂ ਉਹ ਦੀਵਾਰ ਦੇ ਨਾਲ ਖੜ੍ਹੀ ਹੋਈ ਹਾਂ, ਜਦੋਂ ਕਹਿੰਦੇ ਦੀਵਾਰ ਦੇ ਨਾਲ ਖੜ੍ਹੇ ਹੋ ਜਾਓ ਅਤੇ ਮੇਰੀਆਂ ਬਾਹਾਂ ਨਾਲ ਜੋੜਨ ਡੇ, ਅਤੇ ਉਹਨਾਂ ਨੇ ਇਮੀਡੀਏਟਲੀ ਮਤਲਬ ਗੱਲਾਂ ਕਰਦਿਆਂ ਕਰਦਿਆਂ ਕਹਿੰਦੇ ਪ੍ਰੈਗਨੈਂਸੀ ਤਾਂ ਨਹੀਂ ਹੈ? ਮੈਂ ਕਿਹਾ ਨਹੀਂ। ਅਤੇ ਕਹਿੰਦੇ ਮਤਲਬ ਤੁਹਾਨੂੰ ਲਾਸਟ ਡੇਟ ਕਦੋਂ ਆਈ ਸੀ? ਮੈਂ ਕਿਹਾ ਤੁਹਾਨੂੰ ਇਹਦੇ ਨਾਲ ਕੀ ਕਨੈਕਸ਼ਨ ਆ? ਕਹਿੰਦੇ ਨਹੀਂ, ਉਹ ਬੱਚੇ ਦੀ ਜਿਹੜੀਆਂ ਰੇਸ ਹੁੰਦੀਆਂ ਬੱਚੇ ਵਾਸਤੇ ਇਫੈਕਟਿਵ ਹੁੰਦੀਆਂ। ਮੈਂ ਕਿਹਾ ਜਦੋਂ ਤੁਹਾਨੂੰ ਮੈਂ ਕਹਿ ਤਾ ਮੈਂ ਪ੍ਰੈਗਨੈਂਟ ਨਹੀਂ ਹਾਂ, ਫਿਰ ਇੰਨੇ ਸਵਾਲ ਕਰਨ ਦਾ ਕੀ ਮਤਲਬ ਹੋਇਆ? ਕਹਿੰਦੇ ਚਲੋ ਠੀਕ ਆ, ਸੋਰੀ। ਫਿਰ ਮੇਰੇ ਫਿਰ ਹੱਥ ਫੜ ਕੇ ਅਤੇ ਉਹਨਾਂ ਨੇ ਮੇਰੇ ਪਿੱਛੇ ਆ ਕੇ ਉਹਨਾਂ ਨੇ ਮੇਰੇ ਦੋਵੇਂ ਬ੍ਰੈਸਟ ਨੂੰ ਪ੍ਰੈਸ ਕਰਤਾ ਦੋਵਾਂ ਹੱਥਾਂ ਨਾਲ। ਮੈਂ ਉੱਥੇ ਬੋਲਣਾ ਸ਼ੁਰੂ ਕੀਤਾ, ਫਿਰ ਕਹਿੰਦੇ ਸੋਰੀ ਸਿਸਟਰ ਜੀ, ਮੈਂ ਤੁਹਾਨੂੰ ਗਲਤ ਵੇ ਨਾਲ ਹੀ ਟੱਚ ਕੀਤਾ ਹੈਗਾ। ਮੈਂ ਕਿਹਾ ਮੈਂ ਪਾਗਲ ਨਹੀਂ ਹੈਗੀ, ਮੈਂ ਤੁਸੀਂ ਮੈਨੂੰ ਗਲਤ ਵੇ ਨਾਲ ਹੀ ਟੱਚ ਕੀਤਾ ਹੈ, ਇਸੇ ਕਰਕੇ ਮੈਂ ਬੋਲਣ ਡੀ ਹਾਂ। ਐਕਸਰਾ ਤਾਂ ਮੈਂ ਕਰਵਾ ਲਿਆ, ਐਕਸਰਾ ਕਰਵਾ ਕੇ ਜਦੋਂ ਮੈਂ ਇਮੀਡੀਏਟਲੀ ਬਾਹਰ ਆਈ ਹਾਂ, ਮੈਂ ਸਿੱਧਾ ਸੋਨੋਗ੍ਰਾਫੀ ਜਿਹੜੇ ਡਾਕਟਰ ਕਰਦੇ ਪਏ ਸੀ ਉਹਨਾਂ ਕੋਲ ਆਈ। ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਤੁਹਾਡੇ ਐਕਸਰੇ ਵਾਲੇ ਬੋਏ ਨੇ ਮੇਰੇ ਨਾਲ ਇੱਦਾਂ ਹਰਕਤ ਕੀਤੀ ਹੋਈ ਆ। ਉਹਨਾਂ ਨੇ ਇੱਕ ਲੇਡੀ ਸਟਾਫ ਮੇਰੇ ਨਾਲ ਉੱਧਰ ਭੇਜਿਆ ਜਿਹੜੇ ਰਿਸੈਪਸ਼ਨ ਦੇ ਕੰਮ ਕਰਦੇ ਪਏ ਸੀ, ਉਹਨਾਂ ਨੇ ਫਿਰ ਬੋਲਿਆ। ਅਤੇ ਉਹਨਾਂ ਨੇ ਮੈਂ ਜਦੋਂ ਉਹਨਾਂ ਨੂੰ ਦੱਸਿਆ ਕਿ ਇਹਨਾਂ ਨੇ ਇਹ ਹਰਕਤ ਕੀਤੀ ਆ, ਅਤੇ ਉਹ ਮੁੱਕਰੀ ਜਾ ਕੇ ਕਹਿੰਦੇ ਮੈਂ ਇਹਨਾਂ ਨੂੰ ਗਲਤ ਵੇ ਇਹਨਾਂ ਨੇ ਕੀਤਾ, ਤੁਸੀਂ ਮੇਰੇ ਭੈਣਾਂ ਵਰਗੇ। ਮੈਂ ਉਹਨਾਂ ਦੀ ਕਾਫੀ ਇਨਸਲਟ ਕੀਤੀ, ਮੈਂ ਕਿਹਾ ਅਗਰ ਤੁਸੀਂ ਗਲਤ ਕੰਮ ਕਰਕੇ ਬਾਅਦ 'ਚ ਅਗਲੇ ਬੰਦੇ ਨੂੰ ਭੈਣ ਕਹਿ ਦਿਉਂਦੇ, ਬਟ ਤੁਸੀਂ ਬਚ ਨਹੀਂ ਸਕਦੇ ਹੈਗੇ। ਮੈਂ ਕਿਹਾ ਮੇਰੇ ਹਸਬੈਂਡ ਹੁੰਦੇ ਅਤੇ ਤੁਹਾਡਾ ਉੱਥੇ ਕੁਛ ਨਹੀਂ ਰਹਿਣਾ ਹੈਗਾ, ਕੋਈ ਨਹੀਂ ਸੀ ਮੇਰੇ ਨਾਲ, ਮੇਰਾ ਛੋਟਾ ਦੇਵਰ ਸੀ, ਅਤੇ ਮੈਂ ਕੁਛ ਨਹੀਂ ਬੋਲੀ। ਇੱਥੇ ਮੈਂ ਰੋ ਰੋ ਕੇ ਚਲੇ ਗਈ, ਕਿਸੇ ਸਟਾਫ ਨੂੰ ਸਾਰੇ ਸਟਾਫ ਨੂੰ ਪਤਾ ਲੱਗ ਗਿਆ, ਕਿਸੇ ਨੇ ਕੋਈ ਰਿਐਕਟ ਨਹੀਂ ਕੀਤਾ ਹੈਗਾ। ਅਤੇ ਇਸ ਕਰਕੇ ਇਮੀਡੀਏਟਲੀ ਫਿਰ ਮੈਂ ਇਹਨੂੰ ਘਰ ਆਪਣੇ ਹਸਬੈਂਡ ਨੂੰ ਫੋਨ ਕੀਤਾ, ਫਿਰ ਸਾਨੂੰ ਆਹ ਵੱਡਾ ਸਟੈਪ ਚੁੱਕਣਾ ਪਿਆ ਆ। ਕਿਸੇ ਨੇ ਨਹੀਂ ਬੋਲਿਆ, ਕਹਿੰਦੇ ਅਸੀਂ ਤੁਹਾਡੀ ਮਜਬੂਰੀ ਸਮਝਦੇ ਹਾਂ, ਤੁਸੀਂ ਵੀ ਇੱਕ ਲੇਡੀ ਹੋ, ਅਸੀਂ ਵੀ ਲੇਡੀਆਂ, ਤੁਹਾਡੀ ਮਜਬੂਰੀ ਸਮਝਦੇ ਹਾਂ, ਚਲੋ ਕੋਈ ਨਹੀਂ, ਸਾਨੂੰ ਪਤਾ ਤੁਹਾਡੇ 'ਤੇ ਕੀ ਬੀਤਣ ਡੀ ਆ। ਹਾਂਜੀ, ਉਹਦਾ ਹੀ ਸਾਥ ਦਿੱਤਾ। ਅਤੇ ਬਾਅਦ 'ਚ ਮੈਂ ਆਪਣੇ ਹਸਬੈਂਡ ਨੂੰ ਨਾਲ ਲੈ ਕੇ, ਆਪਣੇ ਰਿਲੇਟਿਵਸ ਨੂੰ ਨਾਲ ਲੈ ਕੇ ਆਈ ਹਾਂ, ਅਤੇ ਉਹਨਾਂ ਨੇ ਜਿਹੜਾ ਮੁੰਡਾ ਹੈ ਉਹਨੂੰ ਅੰਦਰੋਂ ਬਾਹਰ ਨਹੀਂ ਕੱਢਿਆ ਹੈਗਾ, ਕਹਿੰਦੇ ਡਿਊਟੀ ਆਫ ਕਰਕੇ ਚਲੇ ਗਿਆ ਆ। ਮੈਂ ਮੰਗ ਕਰਦੀ ਹਾਂ ਕਿ ਮੈਨੂੰ ਮਤਲਬ ਜੇ ਨਹੀਂ ਇਹਨੇ ਹਰਕਤ ਕੀਤੀ ਹੈ ਇਹਦੇ ਵਾਸਤੇ ਇਹਨੂੰ ਕੜੀ ਸਜ਼ਾ ਮਿਲਣੀ ਚਾਹੀਦੀ, ਤਾਂ ਕਿ ਇਹਦਾ ਬੜਾਵਾ ਜਿਹੜਾ ਹੋਰ ਵਧੇ ਨਾ। ਇਸੇ ਕਰਕੇ ਇਹਦੇ ਲੜਕੀਆਂ ਦਾ ਰੇਪ ਹੋਣ ਡਿਆ, ਜਦੋਂ ਅਸੀਂ ਬੱਚੇ ਨੂੰ ਇੱਕ ਬੰਦੇ ਨੂੰ ਛੋਟੀਆਂ ਛੋਟੀਆਂ ਗਲਤੀਆਂ ਲਈ ਬੜਾਵਾ ਦਿੰਦੇ ਹਾਂ, ਉਸੇ ਕਰਕੇ ਤਾਂ ਉਹ ਵੱਧਦੇ ਨੇ। ਹਾਂਜੀ, ਮੈਂ ਕੰਪਲੇਨ ਕਰਕੇ ਆਈ ਹੋਈ ਹਾਂ ਪੁਲਿਸ ਨੂੰ। ਮਛਾਣੇ ਪਿੰਡ ਦੀ ਅਲਟਰਾਸਾਊਂਡ ਕਰਵਾਈ ਸੀ, ਉਹਦੇ ਪੇਰੈਂਟਸ ਨੇ ਕੀਤੀ ਕੰਪਲੇਂਟ ਵੀ ਉਹਨੂੰ ਕੋਈ ਵਿਵੇਕ ਨਾਲ ਦਾ ਮੁੰਡਾ ਇੱਥੇ ਕਰਮਚਾਰੀ ਇਸ ਹੋਸਪਿਟਲ ਵਿੱਚ, ਉਹਨੇ ਕੋਈ ਮਿਸਅਪ ਨਹੀਂ ਕੀਤੀ ਆ। ਲੜਕੀ ਨੂੰ ਮਿਲ ਕੇ ਸਟੇਟਮੈਂਟ ਲੈਂਦੇ, ਜੋ ਸਟੇਟਮੈਂਟ ਦੇ ਕੇ ਕਾਰਵਾਈ ਹੋ ਰਹੀ ਇਮੀਡੀਏਟ ਕੀਤੀ ਜਾਵੇ। ਸ਼ਹਿਰ ਦਾ ਹੀ ਬਟਾਲੀ ਸ਼ਹਿਰ ਦਾ ਲੋਕਲ ਰਹਿਣ ਵਾਲਾ ਪਟਾਰੀ ਮਹੱਲੇ।
ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ, ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ। ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, ਪੀਆਰ ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ 81 400 6 7009।